ਪਾਵਨ ਸ਼ਬਦ ਦੇ ਵਿੱਚ ਜਿਹੜਾ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ। ਗੁਰੂ ਮਹਾਰਾਜ ਜੀ ਨੇ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਪਾਵਨ ਸ਼ਬਦ ਦੇ ਰਾਹੀਂ ਆਪਣੇ ਮਨ ਨੂੰ ਸੰਬੋਧਨ ਕੀਤਾ ਕਿ ਮਨਾ ਤੂੰ ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪ ਲੈ ਕਿਉਂਕਿ ਆਗੈ ਜਮ ਦਲ ਬਿਖਮ ਘਨਾ ਕਿ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਵਿਕਾਰਾਂ ਦਾ ਬੜਾ ਚੱਕੜ ਹੈ ਇਹਨਾਂ ਤੂੰ ਬਚਣਾ ਤੂੰ ਚਾਹੁੰਦਾ ਹੈ ਇਸ ਦਲਦਲ ਦੇ ਵਿੱਚ ਤੂੰ ਬਚਣਾ ਚਾਹੁੰਦਾ ਹੈ ਤਾਂ ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪ ਅਰਦਾਸ ਬੇਨਤੀ ਕੀਤੀ ਮਾਲਕ ਦੇ ਚਰਨਾਂ ਦੇ ਵਿੱਚ ਅਵਰ ਪੰਥ ਹਮੇਕ ਜਨਾ ਕਿਉਂ ਰਾਖੋ ਘਰ ਬਾਰ ਮਨਾ ਮਾਰੈ ਲੁੱਟੈ ਨੀਤ ਨੀਤ ਕਿਸ ਆਗਿਆ ਕਰੇ ਪੁਕਾਰ ਜਨਾ ਇਹ ਮੇਰੇ ਮਾਲਕ ਜਿਹੜੇ ਪੰਜ ਵਿਕਾਰ ਮੇਰੇ ਅੰਦਰ ਬੈਠੇ ਹਨ ਇਹਨਾਂ ਤੋਂ ਮੈਂ ਕਿਸ ਤਰ੍ਹਾਂ ਛੁਟਕਾਰਾ ਕਰਾਂ ਕਿਉਂਕਿ ਜਦੋਂ ਹਿਸਾਬ ਤਾਬ ਹੋਣਾ ਹੈ ਲੇਖਾ ਜੋਖਾ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਸਾਡੇ ਕਰਮਾਂ ਦਾ ਹੋਣਾ ਹੈ ਅਤੇ ਮਨ ਨੇ ਫਸ ਜਾਣਾ ਹੈ ਅਤੇ ਪੰਜਾਂ ਵਿਕਾਰਾਂ ਨੇ ਭੱਜ ਜਾਣਾ ਹੈ ਅਤੇ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਨਾਨਕ ਪਾਪ ਕਰੇ ਤਿੰਨ ਕਾਰਨ ਜਾਸੀ ਜੰਗ ਉਲਭਾ ਦਾਤਾ ਇਹਨਾਂ ਪੰਜਾਂ ਨੇ ਹੀ ਭੱਜ ਜਾਣਾ ਸਾਥ ਛੱਡ ਦੇਣਾ ਹੈ ਅਤੇ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਅਵਰ ਪੰਚ ਹਮ ਏਕ ਜਨਾ ਤੂੰ ਰਾਖੋ ਕਰ ਬਾਰ ਮਨਾ ਮਾਰੈ ਲੁੱਟੈ ਨੀਤ ਨੀਤ ਕਿਸੇ ਆਗੈ ਕਰੀ ਪੁਕਾਰ ਜਨਾ ਮੇਰੇ ਮਾਲਕ ਮੈਂ ਕਿਸ ਅੱਗੇ ਪੁਕਾਰ ਕਰਾਂ ਤੁਹਾਡੇ ਅੱਗੇ ਹੀ ਮੇਰੀ ਪੁਕਾਰ ਹੈ ਤੁਸੀਂ ਹੀ ਮੇਰਾ ਇਸ ਦੁੱਖ ਤਕਲੀਫ ਤੋਂ ਛੁਟਕਾਰਾ ਕਰਾ ਸਕਦੇ ਹੋ ਡਿੱਠੇ ਸਭੇ ਥਾਵ ਨਹੀਂ ਤੁਧਜਿਹਾ ਬਧੋ ਪੁਰਖ ਵਧਾਕੇ ਤਾਂ ਤੂੰ ਸੋਇਆ ਮੇਰੇ ਮਾਲਕ ਤੁਹਾਡੇ ਤੋਂ ਬਿਨਾਂ ਇਸ ਸੰਸਾਰ ਦੇ ਵਿੱਚ ਕੋਈ ਹੈ ਨਹੀਂ ਮੇਰੀ ਰੱਖਿਆ ਕਰਨ ਵਾਲਾ ਇਹ ਪੰਜ ਵਿਕਾਰ ਜਿਹੜੇ ਹਨ ਅੰਮ੍ਰਿਤ ਲੁੱਟੈ ਮਨ ਮੁੱਖ ਨਹੀਂ ਬੁੱਝੈ ਕੋਈ ਨਾ ਸੁਣੈ ਪੁਕਾਰਾ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਕਿ ਪੰਜ ਵਿਕਾਰ ਮੇਰੇ ਹਿਰਦੇ ਦੇ ਵਿੱਚ ਚੰਗੇ ਗੁਣਾਂ ਨੂੰ ਹਰ ਰੋਜ਼ ਹਰ ਪਲ ਹਰ ਸਮੇਂ ਹਰ ਘੜੀ ਚੁਰਾਈ ਜਾ ਰਹੇ ਹਨ ਇਸ ਕਰਕੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਮੇਰੇ ਮਾਲਕ ਮੈਂ ਕਰਦਾ ਹਾਂ ਉਹ ਸਾਰ ਮੜੋਲੀ ਰਾਖੈ ਦੁਆਰਾ ਭੀਤਰ ਬੈਠੀ ਸਾ ਧਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਨ ਅਵਰ ਲੁਟੇਨ ਸੋ ਪੰਜ ਜਨਾ ਢਾਹੇ ਮੜੋਲੀ ਲੁਟਿਆ ਦਿਹੋਰਾ ਸਾ ਧਨ ਪਕੜੀ ਏਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਜ ਜਨਾ ਇਹ ਪੰਜਾਂ ਨੇ ਹੀ ਭੱਜ ਜਾਣਾ ਹੈ ਅਤੇ ਇਸ ਕਰਕੇ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਮੇਰੇ ਮਾਲਕ ਮੈਂ ਤੇਰੇ ਚਰਨਾਂ ਦੇ ਅੱਗੇ ਤੇਰੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਰਾਗ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਨ ਹਾਰੇ ਖੇਦ ਕਰੈ ਅਰ ਬਹੁਤ ਸੰਤਾਪ ਹੈ ਆਇਓ ਸ਼ਰਨ ਤੁਹਾਰੇ ਮੇਰੇ ਮਾਲਕ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ ਅਤੇ ਕਿਰਪਾ ਕਰੋ ਅਤੇ ਕੈਸੀ ਕਿਰਪਾ ਕਰੋ ਬਿਨੋ ਸੁਣੋ ਤੁਮ ਪ੍ਰਾਣ ਪਤ ਪਿਆਰੇ ਕਿਰਪਾ ਨਿਤ ਦਿਆਲਾ ਰਾਖ ਲਿਓ ਪਿਤਾ ਪ੍ਰਭ ਮੇਰੇ ਅਨਾਥ ਹੈ ਕਰ ਪ੍ਰਤਪਾਲਾ ਸੋ ਆਪ ਸਾਰੇ ਹੀ ਰਲ ਮਿਲ ਕੇ ਪਾਵਨ ਸ਼ਬਦ ਦੇ ਨਾਲ ਜੁੜੀਏ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ ਦੇਹੋ ਦਰਸ ਹਰ ਰਾਇਆ ਅਨਕ ਜਨਮ ਬਹੁ ਜੋਨੀ ਭਰਮਿਆ ਬਹੋਰ ਬਹੋਰ ਦੁੱਖ ਪਾਇਆ ਮੇਰੇ ਮਾਲ 84 ਲੱਖ ਜੋਨਾ ਭੋਗਦਾ ਹੋਇਆ ਥੱਕ ਹਾਰ ਕੇ ਮੈਨੂੰ ਹੁਣ ਜਿਹੜਾ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ ਇਸੇ ਹੀ ਜਨਮ ਦੇ ਵਿੱਚ ਮੇਰਾ ਜਿਹੜਾ ਹੈ ਪਾਰ ਉਤਾਰਾ ਭਾਵ ਕਿ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਵੋ ਤੁਹਾਡੇ ਚਰਨਾਂ ਦੇ ਨਾਲ ਜੁੜਦਿਆਂ ਹੋਇਆਂ
मैं पंजा विकारा तो मुक्त हो सकां, सो आप सारे ही रामिल के पावन शब्द नाल जुड़िए। तुम्हारी कृपा के मानुक देखाई है, यह दर्श हर जाए।